ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW Study for Job ਦੇ ਵਿੱਚ। ਤੁਸੀਂ ਦੇਖ ਰਹੇ ਹੋ MSW Study for Job। ਅੱਜ ਅਸੀਂ ਪਹਿਲਾਂ ਦੀ ਹੀ ਤਰ੍ਹਾਂ ਜਿਹੜਾ ਤੁਹਾਡੇ ਲਈ 7ਵੀਂ ਕਲਾਸ ਦੇ ਜਿਹੜੇ SST ਦਾ ਜਿਹੜਾ ਅਧਿਐਨ ਤੁਹਾਡੇ ਅੱਗੇ ਜਿਹੜੇ ਉਸ ਨਾਲ ਜਿਹੜੇ ਸੰਬੰਧਿਤ ਜਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਹੈ PSTET ਦੇ ਵਿੱਚ, ਜੋ ਕਿ ਐਗਜ਼ਾਮ ਸੈਕਿੰਡ ਹੁੰਦਾ, ਪੇਪਰ 2 ਹੁੰਦਾ BEd ਦੇ ਲਈ। SST ਦਾ ਜਿਹੜਾ ਕੰਬੀਨੇਸ਼ਨ ਬਣਦਾ ਉਸ ਦੇ ਮੁਤਾਬਕ ਅਸੀਂ ਜਿਹੜਾ ਬੁੱਕਸ ਦਾ ਅਧਿਐਨ ਕਰਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ 6ਵੀਂ ਕਲਾਸ ਦੀ ਬੁੱਕਸ ਦੀਆਂ ਜਿਹੜੀਆਂ ਸਾਰੀਆਂ ਹੀ ਵੀਡੀਓ ਅਸੀਂ ਇਸ ਚੈਨਲ 'ਤੇ ਬਣਾ ਚੁੱਕੇ ਹਾਂ, ਜਿਹੜੀਆਂ ਕਿ 10 ਲੈਸਨ ਤੁਹਾਡੇ ਅੱਗੇ ਬਣਾਏ ਗਏ ਆ, ਜਿਸ ਦੇ ਸਾਰੇ ਹੀ ਇੰਪੋਰਟੈਂਟ ਕੁਐਸਚਨ ਜਿਹੜੇ ਇਸ ਤਰ੍ਹਾਂ ਸ਼ੋਰਟ ਦੇ ਵਿੱਚ ਜਿਹੜੇ ਤੁਹਾਡੇ ਨਾਲ ਡਿਸਕਸ ਕੀਤੇ ਗਏ, ਤੁਸੀਂ ਉਹਨਾਂ ਵੀਡੀਓ ਨੂੰ ਦੇਖ ਸਕਦੇ ਹੋ। ਅੱਜ ਅਸੀਂ ਤੁਹਾਡੇ ਲਈ ਜਿਹੜਾ 7ਵੀਂ ਕਲਾਸ ਦਾ ਜਿਹੜਾ ਪਹਿਲਾ ਲੈਸਨ ਲੈ ਕੇ ਆਏ ਹਾਂ, ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਵਾਤਾਵਰਨ। ਜਿਹੜਾ ਲੈਸਨ ਦਾ ਜਿਹੜਾ ਪਹਿਲਾ ਪਾਠ ਹੈ ਉਹ ਵਾਤਾਵਰਨ, ਅਤੇ ਦੂਸਰਾ ਧਰਤੀ ਦਾ ਜਿਹੜਾ ਬਾਹਰਲਾ ਰੂਪ ਅਤੇ ਅੰਦਰੂਨੀ ਰੂਪ। ਇਸ ਨਾਲ ਸੰਬੰਧਿਤ ਅਸੀਂ ਜਿੰਨੇ ਵੀ ਕੁਐਸਚਨ ਹੈਗੇ ਉਹ ਤੁਹਾਡੇ ਅੱਗੇ ਲੈ ਕੇ ਆਏ ਹਾਂ, ਜੋ ਕਿ ਉਸ ਬੇਸ 'ਤੇ ਹੈ। ਕੁਐਸਚਨ ਹੋਰ ਬਹੁਤ ਹੋ ਸਕਦੇ ਨੇ, ਬਟ ਜੋ ਕਿ ਬੇਸ ਕੀ ਹੈ ਵੀ ਬੁੱਕਸ ਦੇ ਮੁਤਾਬਕ ਜਿੰਨੇ ਮਹੱਤਵਪੂਰਨ ਜਿੰਨੇ ਇੰਪੋਰਟੈਂਟ ਬਣ ਸਕਦੇ ਉਹ ਅਸੀਂ ਤੁਹਾਡੇ ਅੱਗੇ ਲੈ ਕੇ ਆਏ ਹਾਂ, ਜੋ ਕਿ ਸਾਨੂੰ ਇਹ ਤਿੰਨਾਂ ਹੀ ਬੁੱਕਸ ਦੇ ਅਕੋਰਡਿੰਗ ਪੜ੍ਹਨਾ ਪੈਂਦਾ ਹੈ। 6ਵੀਂ 7ਵੀਂ 8ਵੀਂ ਦੀ SST ਪੜ੍ਹਨ ਵਾਸਤੇ ਸਾਨੂੰ ਜਿਹੜਾ ਅਸੀਂ ਪੜ੍ਹ ਕੇ ਕੀ ਕਰ ਸਕਦੇ ਹਾਂ, ਜਿਹੜੇ 60 ਨੰਬਰ ਜਿਹੜੇ PSET ਦੇ ਵਿੱਚੋਂ ਪ੍ਰਾਪਤ ਕਰ ਸਕਦੇ ਹੈ। ਠੀਕ ਹੈ ਜੀ, ਹਾਂਜੀ, ਸਟਾਰਟ ਕਰ ਲਾਂਗੇ। ਸਭ ਤੋਂ ਪਹਿਲਾਂ ਜਿਹੜਾ ਸਾਡਾ ਪ੍ਰਸ਼ਨ ਹੈਗਾ, ਇੱਕ ਗੱਲ ਹੋਰ ਦੱਸ ਦਈਏ, ਜੋ ਚੈਨਲ ਨੂੰ ਸਭ ਤੋਂ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤਾਂ ਕਿ ਜਿਹੜੀ ਨੈਕਸਟ ਆਉਣ ਵਾਲਾ ਲੈਸਨ ਆ ਸਾਡਾ ਉਹ ਤੁਹਾਡੇ ਤੱਕ ਜਲਦੀ ਤੋਂ ਹੀ ਜਲਦ ਪਹੁੰਚ ਜਾਵੇ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੱਕ ਗੱਲ ਦੀ ਅਸੀਂ ਮਾਫੀ ਵੀ ਚਾਹੁੰਦੇ ਹਾਂ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਜਿਹੜਾ ਵੀਡੀਓ ਬਣਾਉਣਾ ਜਾਂ ਲੈਕਚਰ ਤੁਹਾਡੇ ਲਈ ਲੈ ਕੇ ਨਹੀਂ ਆ ਰਹੇ ਸੀ, ਉਸ ਦਾ ਕਾਰਨ ਇਹ ਸੀ ਕਿ ਜੋ PSTET ਦਾ ਹਲੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਸੀ। ਹੁਣ ਇੱਕ ਸੰਭਾਵਨਾ ਬਣੀ ਹੈ ਕਿ ਜਿਹੜਾ ਪੇਪਰ ਉਹ 27 ਜਨਵਰੀ ਨੂੰ ਹੋਣਾ ਸ਼ੋਰ ਹੋ ਚੁੱਕਿਆ। ਠੀਕ ਹੈ, ਕਿਉਂਕਿ ਬਿਨਾਂ ਆਦੇਸ਼ ਦੇ, ਬਿਨਾਂ ਮੋਟਿਵ ਦੇ, ਜਾਂ ਬਿਨਾਂ ਸਬਜੈਕਟ ਦੇ ਆਪਾਂ ਕੀ ਕਰ ਸਕਦੇ ਹਾਂ, ਬਿਨਾਂ ਆਦੇਸ਼ ਤੋਂ ਜਾਂ ਬਿਨਾਂ ਏਮ ਤੋਂ ਕੀ ਕਰ ਸਕਦੇ ਹਾਂ ਆਪਾਂ, ਵੀ ਕਿਸੇ ਵੀ ਚੀਜ਼ ਨੂੰ ਆਪਾਂ ਮੰਜ਼ਿਲ ਨੂੰ ਪਾ ਨਹੀਂ ਸਕਦੇ। ਆਪਣਾ ਆਦੇਸ਼ ਹੋਣਾ ਚਾਹੀਦਾ, ਆਦੇਸ਼ ਫਾਈਨਲ ਹੋ ਚੁੱਕਿਆ ਲਗਭਗ ਵੀ ਜਿਹੜਾ 27 ਜਨਵਰੀ ਨੂੰ ਜਿਹੜਾ PSTET ਦਾ ਪੇਪਰ ਹੋਣ ਜਾ ਰਿਹਾ 2018। ਠੀਕ ਹੈ, ਇਸ ਲਈ ਅਸੀਂ ਦੁਬਾਰਾ ਤੁਹਾਡੇ ਲਈ ਕਮ ਬੈਕ ਕੀਤਾ। ਹਾਂਜੀ, ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਫਸਟ ਨੰਬਰ 'ਤੇ ਜਿਹੜਾ ਕੁਐਸਚਨ ਦਿੱਤਾ ਗਿਆ, ਜਿਸ ਦੇ ਵਿੱਚ ਕੀ ਹੈ, ਧਰਤੀ ਦੇ ਆਲੇ ਦੁਆਲੇ ਬਣੇ ਹੋਏ ਹਵਾ ਦੇ ਗਲਾਫ ਨੂੰ ਕੀ ਕਹਿੰਦੇ ਹਨ, ਕੀ ਕਿਹਾ ਜਾਂਦਾ ਜੀ, ਬਾਜੂ ਮੰਡਲ। ਉਸ ਤੋਂ ਬਾਅਦ ਨੈਕਸਟ ਹੈ, ਧਰਤੀ ਦੀ ਸਤ੍ਹਾ ਉੱਤੇ ਵਾਤਾਵਰਨ ਤਬਦੀਲੀਆਂ ਕਿਸ ਕਾਰਨ ਆਉਂਦੀਆਂ ਹਨ, ਅਪਰਦਨ ਕਾਰਨਾਂ ਕਰਕੇ ਜਾਂ ਅਪਰਦਨ ਕਾਰਕਾਂ ਕਰਕੇ। ਅਪਰਦਨ ਕਾਰਕ ਕਿਹੜੇ ਹੁੰਦੇ ਹੈ, ਦੇਖੋ ਇਹ ਅੰਦਰੂਨੀ ਵੀ ਹੋ ਸਕਦੇ ਆ, ਬਾਹਰੀ ਵੀ ਹੋ ਸਕਦੇ ਆ। ਠੀਕ ਹੈ, ਜੋ ਕਿ ਆਪਣੀ ਧਰਤੀ ਦੀ ਉੱਪਰਲੀ ਪਰਤ ਹੈ ਜੋ ਕਿ ਪੇਪੜੀ ਹੈ ਉਸਨੂੰ ਕੱਟਦੇ ਰਹੇ। ਠੀਕ ਹੈ, ਤਾਂ ਉਹ ਕਾਰਕ ਜਿਵੇਂ ਹਨੇਰੀ ਦੇ ਵਿੱਚ ਰੂਪ ਵਿੱਚ ਹੋ ਸਕਦਾ, ਤੇਜ਼ ਹਵਾਵਾਂ ਦੇ ਰੂਪ ਵਿੱਚ ਹੋ ਸਕਦਾ, ਪਾਣੀ ਦੇ ਰੂਪ ਵਿੱਚ ਹੋ ਸਕਦਾ, ਠੀਕ ਹੈ, ਭੂਚਾਲ ਆਦਿ ਦੇ ਰੂਪ ਵਿੱਚ ਹੋ ਸਕਦਾ। ਇਸੇ ਤਰ੍ਹਾਂ ਕੀ ਹੁੰਦਾ, ਜਿਹੜਾ ਧਰਤੀ ਦੇ ਜਿਹੜੇ ਸਤ੍ਹਾ ਉੱਤੇ ਵਾਤਾਵਰਨ ਵਿੱਚ ਤਬਦੀਲੀਆਂ ਕਿਸ ਦੇ ਕਾਰਨ ਆਉਂਦੀਆਂ ਨੇ, ਇਹਨਾਂ ਕਾਰਨਾਂ ਕਰਕੇ ਆਉਂਦੀਆਂ, ਜਿਨ੍ਹਾਂ ਨੂੰ ਅਪਰਦਨ ਕਾਰਕ ਕਿਹਾ ਜਾਂਦਾ। ਨੈਕਸਟ ਗੱਲ ਕਰਦੇ ਹੈ, ਭਾਵੇਂ ਧਰਤੀ ਭਾਵੇਂ ਧਰਤੀ ਦੇ ਦੁਆਲੇ ਹਵਾ ਦਾ ਗਲਾਫ 1600 ਕਿਲੋਮੀਟਰ ਹੈ, ਪਰ 99% ਜਿਹੜਾ ਗਲਾਫ ਹੈ ਹਵਾ ਦਾ ਉਹ ਸਿਰਫ ਆਪਾਂ ਨੂੰ 32 ਕਿਲੋਮੀਟਰ ਦੇ ਘੇਰੇ ਵਿੱਚ ਹੀ ਮਿਲ ਜਾਂਦਾ ਹੈ। ਨੈਕਸਟ ਹੈ, ਜੀਵ ਮੰਡਲ ਵਿੱਚ ਅਨੇਕਾਂ ਕਿਸਮ ਦੇ ਜੀਵ ਜੰਤੂ ਅਤੇ ਪੇੜ ਪੌਦੇ ਨੂੰ ਕੀ ਆਖਦੇ ਹੈ, ਤਾਂ ਉਸਨੂੰ ਕਹਿੰਦੇ ਜੀਵ ਜਗਤ। ਨੈਕਸਟ ਹੈ,
ਵਾਤਾਵਰਨ ਜੀਵ ਦਿਵਸ ਕਦੋਂ ਮਨਾਇਆ ਜਾਂਦਾ ਹੈ? 5 ਜੂਨ ਨੂੰ ਮਨਾਇਆ ਜਾਂਦਾ ਹੈ। ਇਨਵਾਇਰਮੈਂਟ ਜਿਹੜਾ ਡੇ ਹੈ ਉਹ ਕਦੋਂ ਮਨਾਇਆ ਜਾਂਦਾ? 5 ਜੂਨ। ਉਸ ਤੋਂ ਬਾਅਦ ਵਾਤਾਵਰਨ ਦੇ ਮੰਡਲਾਂ ਵਿੱਚੋਂ ਕਿਸ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ? ਵੈਰੀ ਇੰਪੋਰਟੈਂਟ ਹੈ ਜੀ, ਵਾਯੂ ਮੰਡਲ। ਦੇਖੋ ਆਪਣੇ ਜਿਹੜਾ ਵਾਯੂ ਮੰਡਲ ਜਿਹੜੀਆਂ ਆਪਣੀਆਂ ਵਾਯੂ ਮੰਡਲ ਦੀਆਂ ਜਿਹੜੀਆਂ ਪਰਤਾਂ ਨੇ ਉਹ 3 ਪਰਤਾਂ ਨੇ, ਸੋਰੀ 4 ਪਰਤਾਂ ਨੇ, ਜਿਹੜੇ ਕਿ ਸੰਤਾਪ ਮੰਡਲ, ਇਸ ਤਰ੍ਹਾਂ ਉਹ ਨੈਕਸਟ ਆ ਜਾਂਦੀ ਹੈ ਅਧੋ ਮੰਡਲ ਜਿਹਨੂੰ ਆਪਾਂ ਕਹਿੰਦੇ ਤਾਪ ਮੰਡਲ ਹੈ, ਆਇਨ ਮੰਡਲ, ਠੀਕ ਹੈ। ਇਸ ਤਰ੍ਹਾਂ ਜਿਹੜੀ 4 ਪਰਤਾਂ ਦੇ ਵਿੱਚ ਵੰਡਿਆ ਗਿਆ। ਇਸ ਤੋਂ ਪਹਿਲਾਂ ਜਿਹੜਾ ਇਹ ਪਰਤਾਂ ਦੇ ਤੌਰ 'ਤੇ ਜਿਹੜਾ ਕੁਐਸਚਨ ਪੁੱਛਿਆ ਗਿਆ ਸੀਟੈਟ ਦੇ ਵਿੱਚ, ਇਸ ਤੋਂ ਪਹਿਲਾਂ ਪੁੱਛ ਲਿਆ ਗਿਆ, ਠੀਕ ਹੈ। ਉਸ ਦੇ ਵਿੱਚ ਪੁੱਛਿਆ ਕਿ ਜਿਹੜਾ ਬਿਜਲੀ ਤਰੰਗਾਂ ਨੇ ਉਹ ਕਿੱਥੇ ਪਾਈਆਂ ਜਾਂਦੀਆਂ ਨੇ, ਸੋਰੀ ਰੇਡੀਓ ਜਿਹੜੀਆਂ ਤਰੰਗਾਂ ਨੇ ਉਹ ਕਿੱਥੇ ਪਾਈਆਂ ਜਾਂਦੀਆਂ, ਠੀਕ ਹੈ, ਉਹ ਕਿੱਥੇ ਪਾਈ ਨੇ, ਉਹ ਥਰਮੋਸਫੀਅਰ ਦੇ ਵਿੱਚ ਪਾਈਆਂ ਜਾਂਦੀਆਂ, ਠੀਕ ਹੈ ਜੀ। ਇਸੇ ਤਰ੍ਹਾਂ ਨੈਕਸਟ ਗੱਲ ਕਰ ਲੈਂਦੇ ਹਾਂ, ਕਿਸੇ ਥਾਂ 'ਤੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਕੀ ਕਹਿੰਦੇ? ਪ੍ਰਸਥਿਤੀ ਵਿਗਿਆਨ। ਕੀ ਕਹਿੰਦੇ ਆ ਜੀ? ਪ੍ਰਸਥਿਤੀ ਮੰਡਲ, ਸੋਰੀ ਪ੍ਰਸਥਿਤੀ ਵਿਗਿਆਨ ਨਹੀਂ ਕਹਿ ਸਕਦੇ, ਪ੍ਰਸਥਿਤੀ ਮੰਡਲ। ਨੈਕਸਟ ਹੈ, ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਆ? ਸਿਆਲ, ਚਾਪੜ, ਪੇਪੜੀ, ਪਰਪਟੀ, ਕੁਝ ਵੀ ਨਾਮ ਦੇ ਸਕਦੇ ਹਾਂ। ਹਿੰਦੀ ਦੇ ਵਿੱਚ ਪਰਪਟੀ ਕਹਿ ਸਕਦੇ, ਪੰਜਾਬੀ 'ਚ ਪੇਪੜੀ ਵੀ ਕਹਿ ਸਕਦੇ, ਚਾਪੜ ਵੀ ਕਹਿ ਸਕਦੇ, ਪੂਰ ਚਾਪੜ ਵੀ ਕਹਿ ਸਕਦੇ। ਸਿਆਲ, ਸਿਆਲ ਦਾ ਮਤਲਬ ਦੇਖੋ, ਸਿਆਲ ਕਿਉਂ ਕਿਹਾ ਜਾਂਦਾ? ਇਸ ਤਰ੍ਹਾਂ ਸਿਆਲ, SI ਸਿਲੀਕਾਨ, AL ਐਲੂਮੀਨੀਅਮ, ਠੀਕ ਹੈ। ਤਾਂ ਜਿਹੜੀ ਸਿਆਲ ਪਰਤ, ਇਸ ਦੇ ਵਿੱਚ ਕੀ ਕੁਝ ਪਾਇਆ ਜਾਂਦਾ? ਸਿਲੀਕਾਨ ਅਤੇ ਐਲੂਮੀਨੀਅਮ। ਨੈਕਸਟ ਹੈ, ਤੁਸੀਂ ਦੇਖ ਸਕਦੇ ਹੋ ਧਰਤੀ ਦੀ ਸਤ੍ਹਾ 'ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ? 71%। ਬੜਾ ਹੀ ਆਸਾਨ ਹੈ। ਉਸ ਤੋਂ ਨੈਕਸਟ, ਹੁਣ ਜੋ ਲੈਸਨ ਸਟਾਰਟ ਹੋ ਚੁੱਕਿਆ ਦੂਸਰਾ, ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ। ਦੇਖੋ ਧਰਤੀ ਦੇ ਸਭ ਤੋਂ ਅੰਦਰੂਨੀ ਭਾਗ ਨੂੰ ਕੀ ਕਹਿੰਦੇ? ਨਾਈਫ। ਨਾਈਫ ਕਿਹਾ ਜਾਂਦਾ, ਨਾਈਫ ਦੇ ਵਿੱਚ ਕੀ ਕੁਝ ਮਿਲਦਾ ਆਪਾਂ ਨੂੰ? ਲੋਹਾ ਅਤੇ ਨਿੱਕਲ। ਜਿਹੜੀ ਨਾਈਫ, ਜਿਹੜੀ ਧਰਤੀ ਦੀ ਸਭ ਤੋਂ ਅੰਦਰੂਨੀ ਪਰਤ ਹੈ, ਧਰਤੀ ਧਰਤੀ ਦੀ ਜਿਹੜੇ 3 ਪਾਰਟ ਬਣਾਏ ਗਏ ਉਹਨਾਂ ਵਿੱਚ ਜਿਹੜੀ ਨਾਈਫ ਹੈ, ਤਾਂ ਉਸਦੇ ਵਿੱਚ ਸਾਨੂੰ ਲੋਹਾ ਅਤੇ ਨਿੱਕਲ ਮਿਲ ਜਾਂਦਾ ਹੈ। ਇਸ ਨੂੰ ਕੇਂਦਰੀ ਭਾਗ ਵੀ ਕਹਿੰਦੇ, ਧਰਤੀ ਦਾ ਕੇਂਦਰੀ ਪਰਤ ਵੀ ਕਹਿੰਦੇ। ਜਦੋਂ ਲਾਵਾ ਜ਼ਮੀਨੀ ਭਾਗ 'ਤੇ ਬਾਹਰ ਨਿਕਲਦਾ ਤਾਂ ਠੰਡਾ ਹੋ ਕੇ ਕਿਸ ਦਾ ਰੂਪ ਧਾਰਨ ਕਰਦਾ? ਪਹਾੜ ਦਾ, ਜਿਹਨੂੰ ਕਿ ਆਪਾਂ ਜਵਾਲਾਮੁਖੀ ਪਹਾੜ ਦਾ ਨਾਮ ਦਿੰਦੇ। ਜੋ ਲਾਵੇ ਦੁਆਰਾ ਪਹਾੜ ਬਣੂਗਾ, ਕਿਉਂਕਿ ਲਾਵਾ ਜਵਾਲਾਮੁਖੀ ਦੇ ਵਿੱਚੋਂ ਨਿਕਲਦਾ, ਇਸੇ ਕਰਕੇ ਇਸ ਪਹਾੜ ਨੂੰ ਜਿਹੜਾ ਨਾਮ ਦਿੱਤਾ ਜਾਂਦਾ ਜਵਾਲਾਮੁਖੀ ਪਹਾੜ। ਨੈਕਸਟ ਹੈ, ਧਰਤੀ ਦੇ ਅੰਦਰੂਨੀ ਭਾਗ ਵਿੱਚ ਮਿਲਦੇ ਅਤਿਅੰਤ ਗਰਮ ਅਤੇ ਪਿਘਲੇ ਤਰਲ ਨੂੰ ਕੀ ਕਿਹਾ ਜਾਂਦਾ? ਮੈਗਮ। ਧਰਤੀ ਦੇ ਅੰਦਰੂਨੀ ਭਾਗ ਦੇ ਵਿੱਚ ਜਦੋਂ ਉਹੀ ਪਦਾਰਥ ਹੈ ਜਿਹੜਾ ਲਾਵਾ ਹੈ, ਜਦੋਂ ਧਰਤੀ ਦੇ ਅੰਦਰੂਨੀ ਭਾਗ ਵਿੱਚ ਹੈ ਤਾਂ ਉਹਦਾ ਨਾਮ ਮੈਗਮ ਹੈ। ਜਦੋਂ ਧਰਤੀ 'ਤੇ ਬਾਹਰ ਆ ਕੇ ਠੰਡਾ ਹੋ ਕੇ ਰੂਪ ਦੇ ਵਿੱਚ ਜਿਹੜਾ ਠੋਸ ਰੂਪ ਦੇ ਵਿੱਚ ਆਉਂਦਾ ਉਸਨੂੰ ਕੀ ਕਿਹਾ? ਲਾਵਾ ਕਿਹਾ ਜਾਂਦਾ। ਹੁਣ ਜਦੋਂ ਇਹ ਮੈਗਮਾ ਜ਼ਿਆਦਾ ਹੁੰਦਾ ਧਰਤੀ ਦੇ ਵਿੱਚ, ਠੀਕ ਹੈ, ਜਿੱਥੇ ਮੈਗਮਾ ਦੀ ਜਿਹੜੀ ਕੰਪੈਸਿਟੀ ਜ਼ਿਆਦਾ ਹੁੰਦੀ ਹੈ, ਸਮਰੱਥਾ, ਤਾਂ ਜਿਹੜਾ ਧਰਤੀ ਦੇ ਕਮਜ਼ੋਰ ਭਾਗ ਹੈ ਤਾਂ ਉੱਥੋਂ ਦੀ ਇਹ ਬਾਹਰ ਆਉਂਦਾ, ਤਾਂ ਇਸੇ ਕਾਰਨ ਜਿਹੜਾ ਜਵਾਲਾਮੁਖੀ ਦੇ ਫਟਣ ਦੇ ਕਾਰਨ ਜਿਹੜਾ ਭਚਾਲ ਦੀਆਂ ਵੀ ਤਰੰਗਾਂ ਪੈਦਾ ਹੁੰਦੀਆਂ ਅਤੇ ਉਸਨੂੰ ਭਚਾਲ ਆਉਣਾ ਵੀ ਕਹਿ ਦਿੰਦੇ ਹੈ, ਠੀਕ ਹੈ, ਆਸ ਪਾਸ ਦੇ ਇਲਾਕਿਆਂ ਵਿੱਚ ਜਿਹੜਾ ਭਚਾਲ ਬਣ ਜਾਂਦਾ ਹੈ। ਨੈਕਸਟ ਹੈ, ਚੂਨਾ ਪੱਥਰ ਤੋਂ ਰੂਪਾਂਤਰਿਤ ਚਟਾਨ ਦਾ ਨਾਂ ਦੱਸੋ। ਸੰਗਮਰਮਰ, ਵੈਰੀ ਇੰਪੋਰਟੈਂਟ। ਚੂਨਾ ਪੱਥਰ ਤੋਂ ਜਿਹੜੀ ਰੂਪਾਂਤਰਿਤ ਚਟਾਨ ਬਣਦੀ ਹੈ ਉਹ ਕਿਹੜੀ ਬਣਦੀ ਹੈ? ਸੰਗਮਰਮਰ। ਜਦੋਂ ਪ੍ਰਿਥਵੀ ਅੰਦਰਲਾ ਗਰਮ ਤਰਲ ਪਦਾਰਥ ਧਰਤੀ ਦੀ ਸਤ੍ਹਾ 'ਤੇ ਉੱਤੇ ਆ ਜਾਂਦਾ ਤਾਂ ਇਸ ਨੂੰ ਕੀ ਕਹਿੰਦੇ? ਲਾਵਾ। ਦੁਬਾਰਾ ਰਿਪੀਟ ਹੋ ਗਿਆ ਜੀ, ਸੋਰੀ। ਉਸ ਤੋਂ ਬਾਅਦ ਕੀ ਹੈ,
ਤਰਲ ਸੋਨਾ ਕਿਸ ਨੂੰ ਕਹਿੰਦੇ? ਪੈਟਰੋਲੀਅਮ। ਨੈਕਸਟ ਹੈ ਐਲੂਮੀਨੀਅਮ ਦੀ ਕੱਚੀ ਧਾਤ ਦਾ ਨਾਂ ਦੱਸੋ, ਬਾਕਸਾਈਟ। ਐਲੂਮੀਨੀਅਮ ਦੀ ਜਿਹੜੀ ਕੱਚੀ ਧਾਤ ਹੈ ਉਸਨੂੰ ਬਾਕਸਾਈਟ ਕਹਿੰਦਾ, ਬਾਕਸਾਈਟ ਤੋਂ ਹੀ ਜਿਹੜੀ ਐਲੂਮੀਨੀਅਮ ਧਾਤ ਨਿਕਲ ਕੇ ਬਾਹਰ ਆਉਂਦੀ ਹੈ। ਨੈਕਸਟ ਹੈ ਉੱਤਰੀ ਅਮੈਰੀਕਾ ਦੇ ਘਾਹ ਦੇ ਮੈਦਾਨ ਦਾ ਨਾਂ ਦੱਸੋ, ਪ੍ਰੇਇਜ਼। ਉੱਤਰੀ ਅਮੈਰੀਕਾ ਕੈਨੇਡਾ ਦੇ ਵਿੱਚ ਵੀ ਪਾਇਆ ਜਾਂਦਾ, ਕਿਉਂਕਿ ਉੱਤਰੀ ਅਮੈਰੀਕਾ ਦੇ ਵਿੱਚ ਹੀ ਕੈਨੇਡਾ ਪਾਇਆ ਜਾਂਦਾ। ਜੇ ਸੰਯੁਕਤ ਰਾਜ ਅਮੈਰੀਕਾ ਦੀ ਗੱਲ ਕਰ ਲਈਏ ਤਾਂ ਸੰਯੁਕਤ ਰਾਜ ਅਮੈਰੀਕਾ ਦੇ ਵਿੱਚ ਵੀ ਕੀ ਹੈ ਜਿਹੜਾ ਪ੍ਰੇਇਜ਼ ਦੇ ਨਾਮ ਨੂੰ ਆਪਾਂ ਨੂੰ ਮਿਲ ਜਾਂਦੇ। ਠੀਕ ਹੈ ਜੀ, ਆਸ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਇਸੇ ਤਰ੍ਹਾਂ ਅਸੀਂ ਜਿਹੜਾ ਨੈਕਸਟ ਲੈਕਚਰ ਸੈਕੰਡ ਲੈ ਕੇ ਆਵਾਂਗੇ, ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜਿਹੜਾ ਨੈਕਸਟ ਲੈਸਨ ਹੈਗਾ ਧਰਤੀ ਦਾ ਬਦਲਦਾ ਰੂਪ, ਧਰਤੀ ਦੀਆਂ ਜਿਹੜੀਆਂ ਇਕਿਰਤੀਆਂ। ਠੀਕ ਹੈ, ਤਾਂ ਉਸ ਤੋਂ ਅੱਗੇ ਅਸੀਂ ਹੋਰ ਜਿਹੜੇ ਇਸ ਤਰ੍ਹਾਂ ਕੰਟੀਨਿਊ ਜਿਹੜੇ ਸਾਰੇ ਲੈਸਨ ਤੁਹਾਡੇ ਅੱਗੇ ਉਸ ਨਾਲ ਜਿੰਨੇ ਵੀ ਸ਼ੋਰਟ ਮਹੱਤਵਪੂਰਨ ਕੁਸ਼ਚਨ ਬਣਦੇ ਤੁਹਾਡੇ ਅੱਗੇ ਰੱਖਾਂਗੇ। ਤੁਸੀਂ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਸਟੱਡੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵਿਘਨ ਨਾ ਆਵੇ। ਤੁਸੀਂ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ, ਕਿਉਂਕਿ ਕਈ ਵਾਰੀ ਸਟੂਡੈਂਟ ਜਿਹੜੇ ਕੈਂਡੀਡੇਟ ਜਿਹੜੇ ਚੈਨਲ ਦੇਖ ਰਹੇ ਨੇ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਬਾਅਦ ਵਿੱਚ ਸਬਸਕ੍ਰਾਈਬ ਕਰ ਲਾਂਗੇ। ਬਾਅਦ ਦੇ ਵਿੱਚ ਚੈਨਲ ਨੂੰ ਲੱਭਣਾ ਬਹੁਤ ਹੀ ਔਖਾ ਮੁਸ਼ਕਲ ਹੁੰਦਾ, ਕਿਉਂਕਿ ਯੂਟਿਊਬ 'ਤੇ ਹਜ਼ਾਰਾਂ ਹੀ ਚੈਨਲ ਹੈਗੇ ਆ ਜਿਹੜੇ ਸਿੱਖਿਆ ਨਾਲ ਸੰਬੰਧਿਤ ਹੈਗੇ ਆ। ਜੇਕਰ ਅਸੀਂ ਕਿਸੇ ਬੈਸਟ ਚੀਜ਼ ਨੂੰ ਇੱਕ ਵਾਰੀ ਗਵਾ ਲਈਏ ਤਾਂ ਉਸ ਤੋਂ ਲੱਭਣਾ ਬਾਅਦ ਵਿੱਚ ਤਾਂ ਸਾਡੇ ਲਈ ਇੱਕ ਪਛਤਾਉਣਾ ਹੋ ਜਾਂਦਾ, ਤਾਂ ਇਸ ਲਈ ਤੁਸੀਂ ਨਾ ਪਛਤਾਓ ਬਾਅਦ ਦੇ ਵਿੱਚ ਕਿ ਇਸ ਲਈ ਅੱਜ ਹੀ ਸਬਸਕ੍ਰਾਈਬ ਕਰੋ। ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ, ਅਸੀਂ ਅੱਜ ਹੀ ਜਿਹੜਾ ਪੈਡਾਗੋਗੀ ਦਾ ਇੱਕ ਲੈਕਚਰ ਪੰਜਾਬੀ ਪੈਡਾਗੋਗੀ ਦਾ ਤੁਹਾਡੇ ਅੱਗੇ ਲੈ ਕੇ ਆਵਾਂਗੇ, ਉਸ ਨਾਲ ਸੰਬੰਧ ਜਿਹੜੇ ਸੋਰੀ ਐਮ ਸੀ ਕਿਊ ਜੋ ਅਸੀਂ ਤੁਹਾਡੇ ਅੱਗੇ ਲੈ ਕੇ ਆਵਾਂਗੇ। ਨਾਲ ਹੀ ਅਸੀਂ ਸਾਈਕੋਲੋਜੀ ਮਨੋਵਿਗਿਆਨ ਦਾ ਵੀ ਜਿਹੜਾ ਅੱਜ ਪਹਿਲਾ ਲੈਕਚਰ ਪਹਿਲਾ ਲੈਸਨ ਤੁਹਾਡੇ ਲਈ ਲੈ ਕੇ ਆਵਾਂ, ਉਸ ਦੇ ਵੀ ਐਮ ਸੀ ਕਿਊ ਜਿਹੜੇ ਕੁਸ਼ਚਨ ਤੁਹਾਡੇ ਅੱਗੇ ਰੱਖਾਂਗੇ। ਜਿਵੇਂ ਕਿ ਟੋਪਿਕ ਬਾਅਦ ਸਭ ਤੋਂ ਪਹਿਲਾਂ ਜਿਵੇਂ ਮਨੋਵਿਗਿਆਨ ਦਾ ਜਿਹੜਾ ਮਨੋਵਿਗਿਆਨ ਜਾਂ ਬਾਲ ਵਿਕਾਸ ਕੀ ਹੈ ਉਸ ਨਾਲ ਸੰਬੰਧਿਤ ਇਸ ਤਰ੍ਹਾਂ